ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਿਆਜ਼। ਮਾਸ਼ਾਅੱਲਾ ਜਨਾਬ, ਜਿਵੇਂ ਕਿ ਦੋਸਤਾਂ ਨੂੰ ਪਤਾ, ਤੁਹਾਡੀ ਖਾਤਰ ਰੋਜ਼ ਨਵੇਂ ਤੋਂ ਨਵੇਂ ਨੀਲੀ ਦੇ ਬ੍ਰਾਂਡ ਹੁੰਦਾ ਆਪਣੇ ਕੋਲ ਵੀਡੀਓ ਆਉਂਦੀ। ਜਨਾਬ, ਸਭ ਤੋਂ ਪਹਿਲੇ ਗੁਜ਼ਾਰਿਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ, ਨਾਲ ਹੀ ਲੱਗੀ ਹੋਈ ਘੰਟੀ ਦੇ ਬਟਨ ਨੂੰ ਦਬਾਉਣਾ ਹੈ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਪਹੁੰਚੇ, ਵੀਰ ਵੇਖਦੇ ਰਹਿਣ। 7 ਤਰੀਕ ਹੈ ਜਨਾਬ, ਜੁਮੇ ਰਾਤ ਦਾ ਦਿਨ ਹੈਗਾ, ਔਰ ਦੋਸਤਾਂ ਵਾਸਤੇ ਜਨਾਬ ਪਿਓਰ ਨੀਲੀ ਦੇ ਦੋ ਬ੍ਰਾਂਡ ਲੈ ਕੇ ਆਏ ਆ, ਔਰ ਮੇਰੇ ਵੀਰਾਂ ਨੇ ਤਸੱਲੀ ਨਾਲ ਮੱਝਾਂ ਵੇਖ ਲੈਣੀਆਂ। ਮੇਰਾ ਕੈਮਰਾਮੈਨ ਤਸੱਲੀ ਕਰਾਏਗਾ। ਲੋਕੇਸ਼ਨ ਅੱਡਾ ਬੂੰਗਾ ਯਾਦ, ਤਹਿਸੀਲੋ ਜ਼ਿਲ੍ਹਾ ਪਾਕ ਫਤਿਹ ਸ਼ਰੀਫ, ਰਾਬਤਾ ਨੰਬਰ 0306-00-42-917। ਇਹ ਜਨਾਬ ਭਾਈ ਸ਼ਹਿਬਾਜ਼ ਦਾ ਨੰਬਰ ਹੈ। ਪਹਿਲੇ ਨੰਬਰ 'ਤੇ ਮੇਰਾ ਕੈਮਰਾਮੈਨ ਤਸੱਲੀ ਕਰਾਏਗਾ, ਉਸ ਤੋਂ ਬਾਅਦ ਸਾਰੀ ਗੱਲ ਬਾਤ ਕਰਾਂਗੇ ਭਾਈ ਸ਼ਹਿਬਾਜ਼ ਨਾਲ। ਲਓ ਜੀ, ਪਹਿਲੇ ਨੰਬਰ 'ਤੇ ਜੋਠੀ ਵਿਖਾਣੀ ਹੈ ਅਤੇ ਸ਼ਹਿਬਾਜ਼ ਭਾਈ ਨੂੰ ਬੁਲਾ ਲੈਂਦੇ ਹਾਂ। ਜਨਾਬ ਆਓ ਜੀ, ਸ਼ਹਿਬਾਜ਼ ਭਾਈ ਵਿਖਾ ਵਿਖਾ ਭਾਈ ਰਿਆਜ਼। ਲਓ ਜਨਾਬ, ਚੈੱਕ ਕਰਨਾ ਲਿਬਾਸ, ਮਾਸ਼ਾਅੱਲਾ ਜਨਾਬ ਪਿਓਰ ਨੀਲੀ ਦੀ ਖਾਸ ਹੈਗੀ ਜੇ ਜਨਾਬ, ਅੱਲਾ ਦੇ ਫਜ਼ਲ ਨਾਲ। ਸ਼ਹਿਬਾਜ਼ ਭਾਈ ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ, ਕੀ ਹਾਲ ਹੈ ਜਨਾਬ? ਤੋਂ ਪਹਿਲੇ ਮੇਰੇ ਵੀਰਾਂ, ਮੇਰੇ ਦੋਸਤਾਂ ਨੂੰ, ਜਿਹੜੇ ਮੇਰੇ ਵੀਰ ਬਾਹਰ ਬੈਠੇ ਨੇ ਜਾਂ ਪਾਕਿਸਤਾਨ ਵਿੱਚ ਬੈਠੇ, ਉਹਨਾਂ ਨੂੰ ਮੇਰੀ ਤਰਫੋਂ ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ, ਠੀਕ ਹੈ? ਤੁਹਾਡੇ ਭਰਾਵਾਂ ਦਾ ਅਤੇ ਤਾਵਨ ਦਾ ਕੰਮ ਚੱਲਦਾ ਪਈ ਹੈ, ਅੱਲਾ ਪਾਕ ਦੀ ਮਿਹਰਬਾਨੀ ਹੈ। ਸਾਫ਼ ਮਾਲ ਲਿਆਂਦੇ, ਸਾਫ਼ ਕੰਮ ਹੈ, ਵਿਕੀ ਜਾਂਦਾ। ਅੱਲਾ ਦਾ ਸ਼ੁਕਰ ਹੈ। ਪੱਕੇ ਸਕਰੈਬਰ, ਠੀਕ ਹੈ, ਸਾਰਿਆਂ ਦਾ ਨਾਂ ਤਾਂ ਮੈਨੂੰ ਯਾਦ ਨਹੀਂ। ਹਾਜੀ ਸਈਦ ਸਾਹਿਬ ਗੁਜਰਾਤ ਤੋਂ, ਜਿਹੜੇ ਮੇਰੇ ਕੋਲ 2-3 ਮੱਝਾਂ ਲੈ ਚੁੱਕੇ ਨੇ ਜੀ। ਜੀ, ਹਾਜੀ ਸਈਦ ਸਾਹਿਬ ਗੁਜਰਾਤ ਤੋਂ। ਹਾਜੀ ਸਿਕੰਦਰ ਆਜ਼ਾਦ ਹੈ ਜੀ ਜੀ, ਮੰਡੀ ਬਹਾਉਦੀਨ ਤੋਂ। ਮੰਡੀ ਬਹਾਉਦੀਨ, ਬੜੇ ਪਿਆਰੇ ਸਕਰੈਬਰ ਹਨ। ਮਾਰ ਸਾਹਿਬ ਸੁਰਗੋਦੇ ਤੋਂ, ਜਿਹੜੇ ਇੱਕ ਵਾਰੀ ਮੇਰੇ ਕੋਲ, ਉਹ ਤਾਂ ਵੀ ਵਾਪਸ ਚਲੇ ਗਏ ਨੇ, ਮੱਝਾਂ ਮੁਝਾਂ ਉਹਨੇ ਨਹੀਂ ਲਈਆਂ, ਸ਼ੌਂਕ ਨਾਲ ਆਏ ਨੇ ਔਰ ਸਾਡਾ ਚੈਨਲ ਵੇਖਦੇ ਨੇ। ਬਾਕੀ ਦੋਸਤਾਂ ਨੂੰ ਵੀ ਇਨਸ਼ਾਅੱਲਾ ਅਸੀਂ ਪਿਆਰ ਕਰਦੇ ਹਾਂ ਔਰ ਸਾਨੂੰ ਕਰਦੇ ਨੇ, ਠੀਕ ਹੈ? ਛੋਟਾ ਸਾਡਾ ਚੈਨਲ ਲਾਜ਼ਮੀ ਹੈ, ਠੀਕ ਹੈ ਜੀ? ਅੱਲਾ ਦੇ ਫਜ਼ਲ ਨਾਲ ਕੰਮ ਵੱਡਾ ਕਰਤੇ ਵਖਾ ਦੇ ਪਿਆ। ਇਹੋ ਜਿਹੀਆਂ ਜੋਟੀਆਂ ਅਤੇ ਹੀਰੇ ਅੱਲਾ ਹੁਕਮ ਨਾਲ ਬੜੇ ਮੁਸ਼ਕਿਲ ਮਿਲਦੇ ਨੇ। ਅੱਗੇ ਆ ਭਾਈ ਰਿਆਜ਼, ਚੈੱਕ ਕਰਾ, ਤਸੱਲੀ ਨਾ ਕਰਾਣੀ, ਚੈੱਕ ਨੀਵਾਂ ਨਹੀਂ ਬਾਣਾ, ਉੱਚਾ ਨਹੀਂ ਆਉਣਾ, ਦਰਮਿਆਨੀ ਵਿਖਾਣੀ। ਇੱਥੇ ਰਹੋ, ਇਹ ਚੈੱਕ ਕਰਾ, ਇਹ ਤੂੰ ਸ਼ੁਰੂ ਹੋਦਾ ਰਿਆਜ਼, ਉੱਤੇ ਲਾ ਖੁੱਡਾ ਮੈਂ ਦਾ। ਅੱਲਾ ਦੇ ਫਜ਼ਲ ਨਾਲ ਗੱਲਾਂ ਨਹੀਂ, ਦੋ ਗਿੱਠਾ ਖੁੱਲ੍ਹਾ, ਖੁੱਡੇ ਦੇ ਵਿੱਚੋਂ ਨਿਕਲਦਿਆ ਸਾਰ ਬਿਲਕੁਲ ਬਰੀਕ ਪੂਛ, ਜਿਵੇਂ ਇਹ ਚੈੱਕ ਕਰਾਓ, ਬਿਲਕੁਲ ਬਰੀਕ, ਬਿਲਕੁਲ ਉਂਗਲੀ ਆ ਰਿਹਾ, ਉਂਗਲੀ ਤਰ੍ਹਾਂ ਬਿਲਕੁਲ ਉਂਗਲੀ, ਕੋਈ ਵਿੱਚ ਹੱਡੀ ਤੱਕ ਦਾ ਨਿਸ਼ਾਨ ਨਹੀਂ। ਇਹ ਚੈੱਕ ਕਰ ਲਓ, ਲਿਬਾਸ ਜੋਟੀ ਦੇ ਪੂਰੇ ਪੰਡਾਂ ਵਾਲੇ, ਪੱਟਾਂ ਦੀ ਪਲਵਾਨ, ਪਿੱਛੇ ਦੀ ਬੜੀ ਪਲਵਾਨ, ਮੈਂ ਦੀਆਂ ਡਾਕਾਂ ਬੜੀਆਂ ਪਿਆਰੀਆਂ, ਕੰਢ ਮੈਂ ਦੀ ਤੀਰ ਸਿੱਧੀ, ਹੱਡੀਆਂ ਮੈਂ ਦੇ ਬੜੀਆਂ ਪਿਆਰੀਆਂ, ਪਿੱਛੋਂ ਮੈਂ ਬਿਲਕੁਲ ਪਲਵਾਨ ਹੈ। ਇਹ ਚੈੱਕ ਕਰਾਂ ਰਿਆਜ਼, ਤਸੱਲੀ ਕਰਾ ਦੇ, ਤੋਰ ਫਿਰ ਤੇ ਵੀ ਭਰਾਵਾਂ ਨੂੰ ਇਨਸ਼ਾਅੱਲਾ ਵਿਖਾਵਾਂਗੇ। ਅੱਗੇ ਆ ਜਾ ਰਿਆਜ਼, ਨਿੱਕੀ ਨਿੱਕੀ ਸਿੰਘੀ ਕਿੰਗਰੀ ਵਾਲੀ ਮੋੜ 'ਤੇ ਕੱਠਾਂ ਦੇ ਵਿੱਚ ਲਾਈ ਖੜੀ ਹੈ, ਹਲਕੀ ਜਿਹੀ ਫੁੱਲੀ ਹੈ ਮੱਥੇ 'ਤੇ, ਇੱਕ ਕੱਖ ਪੂਰੀ ਸਫੈਦ ਹੈ, ਇੱਕ ਕੱਖ ਵਿੱਚ ਜਵਾਬ ਹੈ, ਠੀਕ ਹੈ ਭਾਈ ਰਿਆਜ਼ ਜੀ? ਜੀ ਠੀਕ। ਤਨ ਮੈਂ ਦੇ ਛੱਜਾ ਰੰਗੇ, ਨਾਸ ਮੈਂ ਦੀ ਫਿੰਨੀ, ਦੋ ਹੱਥ ਗਰਦਨ ਲੰਮੀ, ਕੋੜੀ ਧੁੰਨੀ ਤੂੰ, ਮੈਂ ਬਿਲਕੁਲ ਅੱਲਾ ਦੇ ਫਜ਼ਲ ਨਾਲ ਪਾਕ। ਇੱਥੇ ਰਿਆਜ਼ ਥੱਲੇ ਬਹਿ ਜਾ, ਮੈਂ ਜੋਟੀ 'ਤੇ ਬੜੀਆਂ ਜਵਾਨੀਆਂ, ਦੁੱਲੀ ਨਜ਼ਰ ਤੱਕ ਨਹੀਂ ਆ ਰਹੀ, ਥਣ ਮੈਂ ਨੂੰ ਬੜਾ ਪਾਵਰ ਵਾਲਾ ਮੁੱਠ ਭਰ, ਬਿਲਕੁਲ ਅੰਗੂਠੇ ਨਾਪਵਾਂ। ਇਹ ਵੇਖ ਰਿਆਜ਼ ਲੱਗਾ ਹੋਇਆ, ਇਹ ਚੈੱਕ ਕਰਾ ਦੇ, ਸਾਫ਼ ਲਿਬਾਸ ਅੱਲਾ ਦੇ ਫਜ਼ਲ ਨਾਲ, ਇਨਸ਼ਾਅੱਲਾ ਕੋਈ ਇਹਦੇ ਵਿੱਚ
ਖੋਲੋ ਜੀ। ਦੋ ਨੰਬਰੀ ਵਾਲੀ ਗੱਲ ਨਹੀਂ, ਨੀਵੀਂ ਮੱਝ ਨਹੀਂ ਖੜੀ, ਉੱਚੀ ਮੱਝ ਨਹੀਂ ਖੜੀ, ਬਰਾਬਰ ਖੜੀ। ਬਾਇਦਾ ਟੋਰ ਤੇ ਬਖਾ ਮਾਸ਼ਾਅੱਲਾ। ਪੰਡਾ ਦੇ ਲਿਬਾਸ ਜਨਾਬ ਅੱਜ ਵੀਰਾਂ ਨੂੰ ਵਿਖਾਏ, ਦੂਜਨ ਝੋਟੀ ਜਨਾਬ ਖਾਸ ਨੀਲੀ ਦੀ ਲੈ ਚਲੋ ਜੀ। ਜਗ੍ਹਾ ਤੰਗ ਹੈ ਜਿਹਦੀ ਵਾਸਤੇ ਜਨਾਬ ਦੋਸਤਾਂ ਨੂੰ ਮਾਜ਼ਰਤ ਹੈ, ਥੋੜ੍ਹੀ ਜਿਹੀ ਤੰਗੀ ਹੁੰਦੀ ਲੇਕਿਨ ਕੋਸ਼ਿਸ਼ ਕਰੀ ਦੀ ਜਨਾਬ ਤੋੜ ਫੇਰ ਕੇ ਵੀਰਾਂ ਨੂੰ ਵਿਖਾਈ ਜਾਵੇ। ਕਦ ਕਾਠ ਵੇਖ ਲੈਣਾ ਹਾਈਟ ਵੇਲ ਜਨਾਬ। ਮਾਸ਼ਾਅੱਲਾ ਜਨਾਬ ਬੜਾ ਪਿਆਰਾ, ਟੋਟਲ ਬਾਡੀ ਵੇਖਣੀ ਜਨਾਬ। ਫੱਟੇ ਵਾਲਾ ਜਨਾਬ ਲਿਬਾਸ ਹੈ ਜਨਾਬ, ਫੱਟੇ ਲਾਈ ਖਲੀ ਮਾਸ਼ਾਅੱਲਾ। ਇੱਥੇ ਜਨਾਬ ਵੀਰਾਂ ਨੂੰ ਤਸੱਲੀਆਂ ਕਰਾਈ ਦੀਆਂ ਜਨਾਬ। ਮਾਸ਼ਾਅੱਲਾ ਜਨਾਬ ਲੈ ਚਲੋ ਜੀ। ਮਾਸ਼ਾਅੱਲਾ ਸਾਈਡਾਂ ਦੇ ਵੰਡਾਂ ਵੀ ਵੀਰਾਂ ਵੇਖ ਲੈਣੀਆਂ, ਹਾਈਟ ਵੇਲ ਵੀ ਵੇਖ ਲੈਣੀ, ਲਿਬਾਸ ਮੇਰੇ ਵੀਰਾਂ ਦੇ ਸਾਹਮਣੇ ਪੰਡਾਂ ਦੇ ਲਿਬਾਸ ਜੋਟੀ ਲਈ ਖੜੀ ਜਨਾਬ। ਮੋੜੋ ਜੀ ਸ਼ਬਾਸ ਭਾਈ। ਲੈ ਚਲੋ ਜੀ ਲੈ ਚਲੋ। ਵੰਡਾ ਵੇਖ ਲੈਣੇ ਜਨਾਬ, ਦੋ ਦੋ ਪਿੱਛਾਂ ਦੇ ਮਾਸ਼ਾਅੱਲਾ ਵੱਖੀ ਚੱਕਰਾਂ। ਮੈਂ ਤੇ ਬਿਲਕੁਲ ਇਹ ਦੇ ਨਾਪਣੀ ਮੁੱਠ ਵਿੱਚ ਆਈ ਹੋਈ ਹੈ ਚੱਕਰਾਂ ਦੇ ਬਰੀਕ, ਜਿੱਥੋਂ ਮਰਜ਼ੀ ਵੜ ਅੱਲਾ ਦੇ ਫਜ਼ਲ ਨਾਲ ਚਾਰ ਚਾਰ ਇੰਚ ਉੱਤਾ ਚਵੇਗੀ। ਅੱਛਾ ਨਹੀਂ ਕਰਾ ਮੈਂ ਅਗਲੇ ਪੈਰ ਚੱਕਰਾਂ, ਚਰਨ ਫਿਰਨ ਟੁਰਨ ਫਿਰਨ ਵਾਲੀ ਮੱਝ ਹੈ, ਸਲੀ ਕਰਾ ਦੇ। ਇਹ ਜਿਹੀਆਂ ਜਵਾਨੀਆਂ ਮੈਂ ਤੇ ਬੜੀਆਂ ਮੁਸ਼ਕਲ ਮਿਲਦੀਆਂ ਨੇ। ਬੜਾ ਪਿਆਰਾ ਥਣ ਮਾਸ਼ਾਅੱਲਾ ਲੱਗਾ ਹੋਇਆ ਮੁੱਠ ਬਾਰੇ ਬਿਰਲਾ ਦੋ ਦੋ ਜੋਟੀ ਅੱਲਾ ਦੇ ਫਜ਼ਲ। ਇੱਥੇ ਜਨਾਬ ਮੇਰੇ ਵੀਰਾਂ ਨੇ ਤਸੱਲੀ ਕਰਨੀ, ਵਾਕਿਆ ਦੋ ਦੋ ਗਿੱਠਾਂ ਦੀ ਐਨ ਕਿਵੇਂ ਗੱਲਾਂ ਹੀ ਹਨ। ਅੱਛਾ ਸ਼ਬਾਸ ਭਾਈ ਕਰੋ ਉਹਦੀ ਡਿਮਾਂਡ ਕਰੋ ਭਾਈ ਰਾਜ, ਜੋਟੀ ਮੇਰੀ 5 ਲੱਖ ਰੁਪਏ ਦੀ ਨਹੀਂ, ਉਹ ਕੰਮ ਨਹੀਂ ਕਰਨਾ। ਮੈਂ ਆਪਦੇ ਵੀਰਾਂ ਵਾਸਤੇ ਮਿਹਨਤ ਕਰਦੇ ਮਾਲ ਲਿਆਉਣਾ ਔਰ ਅੱਲਾ ਪਾਕ ਰੋਜ਼ੀ ਦਿੰਦਾ, ਠੀਕ ਹੈ। ਮੱਝ ਦਾ ਮੁੱਲ ਨਹੀਂ, ਮੁੱਲ ਮੇਰਾ 5 ਹੀ ਹੈ। 4,60,000 ਦੀ ਜੋਟੀ ਦੇਵਾਂਗਾ, 4,60,000 ਦੀ, ਜਿਹੜੇ ਬ੍ਰਾਂਡ ਚੰਗੀ ਲੱਗੇ। ਇਸ ਟਾਈਮ 14 ਕਿਲੋ ਬੋਲਾ ਨਾ ਹੋਵੇ, 13.5 ਵੀ ਹੋਵੇ, ਮੈਂ ਜੁਰਮਾਨਾ ਚੱਲਾਂਗਾ। ਇਹਦੇ ਤੋਂ ਕਿਉਂ ਮਿਹਨਤ ਕੀਤੀ ਜਾ ਸਕਦੀ ਇਨਸ਼ਾਅੱਲਾ? ਜਿਵੇਂ ਜੋਟੀ ਦੇ ਜਵਾਨੀਆਂ ਨੇ, ਜਿਹੜੀ ਨਸਲ ਹੈ ਮੈਲਾ ਸ਼ੈਲਾ ਸੱਟ ਕੇ ਮੈਲਾ ਮੂਲਾ ਸੱਟਣ ਦੀ ਜ਼ਰੂਰਤ ਕੀ ਹੈ? 18-19 ਕਿਲੋ ਦੁੱਧ ਨਾ ਕਰੇ ਮਾਸ਼ਾਅੱਲਾ। ਇਸ ਟਾਈਮ ਨਹੀਂ ਕਰਨਾ, ਇਸ ਟਾਈਮ 14 ਕਿਲੋ ਇਹਨੇ ਨਹੀਂ ਕਰਨਾ ਤੇ ਕਿਹਨੇ ਕਰਨਾ? ਇਸ ਟਾਈਮ 14 ਕਿਲੋ ਸੱਲੀ ਕਰਾਣਾ, ਮੈਂ ਇਹਦੀ ਜਵਾਨੀਆਂ ਪਲਵਾਨਾ ਰੰਗੀ ਮੈਂ ਇਸ ਟਾਈਮ ਸੱਲੀ ਕਰਾ। ਇਹ ਜੀ ਮੱਝ ਖੂਨ ਵਾਲੀ ਰੱਤ ਪੇਤਲ ਵਾਲੀ ਬੜੀ ਮੁਸ਼ਕਲ ਮਿਲਦੀ ਹੈ, ਨਾਲੇ ਮੈਂ ਇਹਦੇ ਪੈਰ ਚੈੱਕ ਕਰਾ ਦੇ, ਲੱਤ ਮੈਂ ਇਹਦੀ ਬਿਲਕੁਲ ਤੀਰ ਸਿੱਧੀ। 4,60,000 ਰੁਪਈਆ ਲਓ ਜਨਾਬ, 4,60,000 ਰੁਪਏ। ਦੂਸਰੇ ਨੰਬਰ ਤੇ ਵਿਖਾਓ ਜੀ ਸ਼ਬਾਸ ਭਾਈ। ਇਹ ਕਿਆ ਕੀ ਆ ਗਿਆ ਦੂਸਰੇ ਨੰਬਰ ਤੇ ਵਿਖਾਣੇ? ਇੱਕ ਮਿੰਟ ਲਓ ਜਨਾਬ, ਦੂਸਰੇ ਨੰਬਰ ਤੇ ਜਨਾਬ ਆਲਾ ਕੁਆਲਿਟੀ ਦੇ ਜਾਨਵਰ ਜਨਾਬ ਮਿਲਦੇ ਹਨ ਪਾਕ ਪਤਨ ਐਨੀਮਲਸ ਟੀਵੀ ਤੇ ਜਨਾਬ ਚੈੱਕ ਕਰਨਾ ਹੈ। ਉਸੇ ਤਰ੍ਹਾਂ ਜਨਾਬ ਪੰਡਾਂ ਦੇ ਲਿਬਾਸ
ਸਿੰਗਲ ਲੱਡੀ ਕੁਆੜੇ ਰੰਗੀ ਕੱਚੀ ਮੈਂ ਸੂਈ ਹੋਈ ਸਿੰਗਲ ਲੱਡੀ ਮੈਂ ਦਾ ਖੁੱਡਾ ਮਾਸ਼ਾਅੱਲਾ ਇਹਦਾ ਵੀ ਦੋ ਗਿੱਠਾਂ ਦਾ ਬਰੀਕ ਲਾਉਣ ਦੇ ਕੱਪੜੇ ਰੰਗੀ ਸਾਰੀ ਮੱਝ ਤੁਰਨ ਲੱਗਿਆ ਬਹੁਤ ਉੱਠਣ ਲੱਗਿਆ ਮੱਝ ਹਿਲਦੀ ਹੈ ਚੱਕ ਕਰਾ ਦੇ ਜਿੱਥੋਂ ਮਰਜ਼ੀ ਮੈਂ ਇਹਨੂੰ ਫੜ ਮੱਝ ਇਨਸ਼ਾਅੱਲਾ ਉਤੋਂ ਚਾਉਂਦੀ ਜਾਵੇਗੀ ਸਿੰਗਲ ਅੱਡੀ ਇਹਨੂੰ ਕਹਿੰਦੇ ਨੇ ਬਰੀਕ ਬਿਲਕੁਲ ਬਰੀਕ ਬੜੀ ਨਸਲ ਜ਼ਾਤ ਵਾਲੀ ਪਿਛਲੇ ਦੋਵੇਂ ਪੈਰ ਰਿਆਜ਼ ਬਾਈ ਧੋਤੇ ਮੈਂ ਦਾ ਬੋਲ ਚੈੱਕ ਕਰਾ ਦੇ ਅੱਗੋ ਆ ਤਸੱਲੀ ਕਰਾ ਇੱਕ ਅੱਖ ਫੁੱਲ ਸਫੈਦ ਹੈ ਦੂਸਰੀ ਵਿੱਚ 19 ਜਵਾਬ ਹੈ ਇਹ ਚੈੱਕ ਕਰਾ ਦੇ ਬੜੀ ਸ਼ੁਕੀਨ ਮੈਂ ਇਨਸ਼ਾਅੱਲਾ ਦਰਿਆ ਦੀ ਜਿਹਨੂੰ ਦਰਿਆ ਦੀ ਮੈਂ ਆਪਾਂ ਕਹਿੰਦੇ ਹਾਂ ਗਾਵਾਂ ਤਰ੍ਹਾਂ ਵੇਖ ਮੱਝ ਵੇਖ ਕਿਵੇਂ ਬਰੀਕ ਅੱਲਾ ਦੇ ਫਜ਼ਲ ਨਾਲ ਨਾੜਾ ਨਜ਼ਰ ਆਉਂਦੀਆਂ ਪਈਆਂ ਰਿਆਜ਼ ਵੰਡਾ ਪਿੱਛੋਂ ਚੱਕ ਰਾਈਆਂ ਇਹ ਕੱਲ੍ਹ ਸੂਈ ਕੱਲ੍ਹ ਸੂਈ ਕੱਚੀ ਸੂਈ ਹੋਈ ਬਿਲਕੁਲ ਕੱਚੀ ਸੂਈ ਦਾ ਇਹ ਕੰਮ ਹੈ ਜੋਟੀ ਦਾ ਇਹ ਚੱਕ ਕਰਾ ਤਸੱਲੀ ਕਰਾ ਤਸੱਲੀ ਕੱਚੀ ਸੂਈ ਹੋਈ ਦਾ ਆਹ ਕੰਮ ਇਹ ਮੱਝਾਂ ਨਸਲੀ ਕਰਦੀਆਂ ਬਾਈ ਰਾਜ ਨਸਲੀ ਨਸਲੀ ਹਾਲ ਹਾਲ ਪਾਇਆ ਕੰਮ ਨਹੀਂ ਹੁੰਦਾ ਸ਼ਬਾਜ਼ ਬਾਈ ਤੋਰੋ ਥੋੜ੍ਹਾ ਜਿਹਾ ਮਾਸ਼ਾਅੱਲਾ ਜਨਾਬ ਆਲਾ ਕੁਆਲਿਟੀ ਦੇ ਜਨਾਬ ਮੱਝ ਇਹ ਵੀ ਮਾਸ਼ਾਅੱਲਾ ਜੋਟੀ ਸ਼ਬਾਜ਼ ਬਾਈ ਵਾਕਿਆ ਅਨਮੋਲ ਹੀਰੇ ਲੈ ਕੇ ਆਉਂਦੇ ਜਨਾਬ ਇੱਥੇ ਹਾਈਟ ਵੇਲ ਵੇਖ ਲੈਣੀ ਜਨਾਬ ਮੱਝ ਦੀ ਅੱਲਾ ਦੇ ਖਾਸ ਫਜ਼ਲ ਨਾਲ ਜਨਾਬ ਪਿਓਰ ਨੀਲੀ ਦੇ ਬ੍ਰਾਂਡ ਮੇਰੇ ਵੀਰਾਂ ਨੇ ਵੇਖ ਲੈਣਾ ਗੱਲਾਂ ਨਾਲ ਨਹੀਂ ਜਨਾਬ ਸਾਡੀਆਂ ਗੱਲਾਂ ਕਰਨ ਨਾਲ ਬ੍ਰਾਂਡ ਨਹੀਂ ਬਣ ਜਾਣਾ ਜਿਹੜਾ ਬ੍ਰਾਂਡ ਹੈ ਉਹ ਬ੍ਰਾਂਡ ਹੀ ਹੈ ਪੰਡਾਂ ਦੇ ਲਿਬਾਸ ਜਨਾਬ ਕੱਚੀ ਸੂਈ ਹੋਈ ਮੱਝ ਦੇ ਜਨਾਬ ਸਿੰਗਲ ਲੱਡੀ ਟੋਟਲ ਬਾਡੀ ਮੇਰੇ ਵੀਰਾਂ ਵੇਖ ਲੈਣੀ ਹੈ ਤੋੜ ਫੇਰ ਕੇ ਬਰਾਵਾਂ ਨੂੰ ਤਸੱਲੀ ਕਰਾਈ ਦੀ ਹੈ ਇਹ ਪਾਕ ਪਤਨ ਐਨੀਮਲਸ ਟੀ ਵੀ ਜਨਾਬ ਹਮੇਸ਼ਾ ਦੋਸਤਾਂ ਨੂੰ ਬ੍ਰਾਂਡ ਕੱਢ ਕੇ ਵਿਖਾਉਂਦਾ ਹੈ ਲੈਣਾ ਦੇਣਾ ਨਸੀਬ ਹੈ ਜਨਾਬ ਸ਼ਬਾਜ਼ ਬਾਈ ਬੜੇ ਬੜੀ ਵੱਡਾ ਕੱਦ ਮਾਸ਼ਾਅੱਲਾ ਮੱਝ ਦਾ ਇੱਥੇ ਜਨਾਬ ਇੱਥੇ ਜਨਾਬ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਜਨਾਬ ਬੱਚੇ ਪਰਵਾਰੀ ਪੈਂਦੀ ਕੱਲ ਤਾਂ ਮੈਂ ਸੂਈ ਸ਼ਾਮ ਨੂੰ ਠੀਕ ਹੈ ਜੀ ਜਾਣ ਦਿਓ ਜੀ ਜਾਣ ਦਿਓ ਤੀਰ ਸਿੱਧੀ ਗੱਡ ਰੰਗੀ ਕੰਡ ਮਾਸ਼ਾਅੱਲਾ ਜੋਟੀ ਲਈ ਫਿਰਦੀ ਹੈ ਬੜੀ ਬਰੀਕ ਹੈ ਅੱਗੇ ਜਾਣ ਦਿਓ ਜੀ ਬੱਚੇ ਪਰ ਕਰਦੀ ਪਈ ਥੋੜ੍ਹਾ ਜਿਹਾ ਇਹ ਜਨਾਬ ਖਾਸ ਨੀਲੀ ਦੀ ਦਰਿਆਵਾਂ ਤੇ ਤੁਰਨ ਵਾਲੀ ਜੋਟੀ ਕੰਡ ਚੈੱਕ ਕਰਾ ਰੋਕ ਬਾਈ ਸਿੰਗਲ ਲੱਡੀ ਇੱਕ ਕੁਆੜੇ ਰੰਗੀ ਮਾਸ਼ਾਅੱਲਾ ਚਲੋ ਜੀ ਬੜੇ ਹੁਸਨ ਹਨ ਜਨਾਬ ਜੋਟੀ ਕੋਲ ਫੁੱਲ ਸ਼ੌਕੀਨ ਜੋਟੀ ਜਨਾਬ ਹਮੇਸ਼ਾ ਪਾਕ ਪਤਨ ਐਨੀਮਲਸ ਟੀ ਵੀ ਜਨਾਬ ਦੋਸਤਾਂ ਵਾਸਤੇ ਜਾਨਵਰ ਲੈ ਕੇ ਆਉਂਦਾ ਆਲਾ ਕੁਆਲਿਟੀ ਦੇ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਜਨਾਬ ਲੈਣਾ ਦੇਣਾ ਮੁਕੱਦਰ ਜਾਂ ਨਸੀਬ ਹੈ ਜਿਹੜੇ ਸਾਡੇ ਵੀਰ ਸਾਡੇ ਚੈਨਲ 'ਤੇ ਨਏ ਹਨ ਜਨਾਬ ਉਹਨਾਂ ਨੂੰ ਫਿਰ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ਬਾਜ਼ ਬਾਈ ਇਸ ਟਾਈਮ ਦਾ ਬੱਚਾ ਹੈ ਬੋਲਾ ਕਿੰਨਾ ਇਸ ਟਾਈਮ ਬੋਲਾ ਕੱਲ੍ਹ ਸੂਈਆ ਫਿਰ ਵੀ 10 ਲੀਟਰ ਮਿਲਣਾ ਵੀ ਅਤੇ ਬਿਲਕੁਲ ਮੈਂ ਦੀ ਚੁਆਈ ਸੋਨੇ ਰੰਗੀ ਹੋਵੇਗੀ 10 ਕਿਲੋ ਬੋਲਾ ਅੰਗੂਠੇ ਵਾਲੀ ਪਚਵਾਈ ਦੋਵਾਂ ਦੀ ਵੀਡੀਓ ਲੰਮੀ ਹੁੰਦੀ ਵੀ 10 ਕਿਲੋ ਬੋਲਾ ਬਿਲਕੁਲ ਜਿਹੜਾ ਮਰਜ਼ੀ ਪਾ ਤੇ ਚੈੱਕ ਕਰ ਲਵੇ ਕੱਲ ਸੂਈ ਸ਼ਾਮ ਨੂੰ ਪਿੱਛੇ ਕੱਟੀ ਕੱਟਾ 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 ਪਿੱਛੇ ਅੱਛਾ ਸ਼ਬਾਜ਼ ਬਾਈ ਕਰੋ ਇਹਦੇ ਪਿਆਰ ਮੁਹੱਬਤ ਵਾਲੀ ਗੱਲਬਾਤ ਅੱਜ ਮੇਰੀ 4 ਲੱਖ ਇਹ ਤਾਂ ਮੌਕਾ ਹੈਗਾ ਤੇ ਥੋੜਾ ਜਿਹਾ ਮੈਂ ਤੇ ਬ੍ਰਾਂਡ ਤੋਹਫੇ ਦਿੰਦਾ ਪਿਆ ਤੇ ਅਸਲ ਲੀਲੀ ਦੇ ਨਾ ਹੋਵਣ ਜੂਂ ਦੀ ਮੈਂ ਤੋਂ ਬਗੈਰ ਮੱਝ ਮੈਂ ਨਹੀਂ ਲੈਂਦਾ ਇਹ ਤੁਹਾਨੂੰ ਪਤਾ ਅੱਗੇ ਵੀ ਲੈਣਾ ਦੇਣਾ ਨਸੀਬ ਦੀ ਗੱਲ ਅੱਲਾ ਪਾਕ ਉਹਦੇ ਨਸੀਬਾਂ 'ਚ ਕਰੇ ਜਿਹੜਾ ਮੇਰਾ ਵੀਰ ਬਰਾ ਲੈ ਜਾਵੇਗਾ ਇਨਸ਼ਾਅੱਲਾ ਅੱਛੇ ਲਫ਼ਜ਼ਾਂ ਨਾਲ ਯਾਦ ਕਰੇਗਾ ਕਿੰਨੇ ਪੈਸੇ ਛੋਟੀ ਮੇਰੀ 4 ਲੱਖ ਰੁਪਏ ਦੀ ਘੱਟ ਨਹੀਂ ਹੈ ਜਿਹੜੇ ਲੈਣੇ 3 ਲੱਖ 65,000 ਰੁਪਈਆ
3,65,000 ਰੁਪਇਆ ਜੋਟੀ ਨੰਬਰ 2, 3,65,000 ਰੁਪਇਆ ਜੋਟੀ ਨੰਬਰ 2 ਇਸ ਟਾਈਮ ਜਨਾਬ ਕੱਲ ਸੂਈ ਹੈ, 10 ਕਿਲੋ ਬੋਲਾ ਮੌਜੂਦ ਹੈ, ਦੁਨੀ ਮਹਿੰਦੀ ਵੰਡਾ ਚੈੱਕ ਕਰਾ ਦੇ, ਚੈੱਕ ਕਰਾ ਤੇ ਥੱਲੇ ਬੈਠ ਨਹੀਂ ਲੱਭਣੀ ਇਨਸ਼ਾਅੱਲਾ ਜਨਾਬ, ਇਹ ਚੈੱਕ ਕਰ ਲੈਣਾ ਪਿਛਲੇ ਪੈਰ ਚੈੱਕ ਕਰਾਏ ਨਹੀਂ, ਆ ਗਾੜੀ ਦੀ ਪਲਵਾਨ ਹੈ ਜੋਟੀ ਤੇ ਪਿਛਾੜੀ ਦੀ ਵੀ ਮਾਸ਼ਾਅੱਲਾ, ਇਵੇਂ ਚੋਣ ਹੋ ਗਈ ਇਨਸ਼ਾਅੱਲਾ, ਇਹ ਵੇਖੋ ਇਵੇਂ ਚੋਣ ਅਗਾ ਦੁਨੀ ਤੱਕ ਤੇ ਪਿੱਛੇ ਜਨਾਬ ਸਾਰ ਤੱਕ ਜੋਟੀ ਲਾਈ ਖੜੀ ਹੈ, ਮੈਂ ਦੁੱਧ ਤੇ ਗਈ ਮੇਰੀ, ਮੈਂ ਬੰਦੇ ਦੇ ਜਿਹੜੇ ਮੇਰੇ ਬਰਾ ਸ਼ੁਕੀਨ ਹਨ, ਹਾਂਜੀ ਦੁੱਧ ਲੈਣ ਵਾਲੇ ਮੇਰੀ ਮਈ ਦੋਵੇਂ ਅੱਲਾ ਦੇ ਹੁਕਮ ਨਾਲ 20-20 ਸਰੀ ਨਾ ਹੋਵਣ ਤੇ ਮੈਨੂੰ ਕਹਿੰਦੇ ਮੱਝਾਂ ਨਹੀਂ ਲਿਆਉਂਦੀਆਂ। ਲਓ ਜਨਾਬ ਦੋਵੇਂ ਜੋਠੀਆਂ ਵੀਰਾਂ ਨੂੰ ਤਸੱਲੀ ਕਰਾਈਏ ਜਨਾਬ, ਇਹ ਜੇ ਪਹਿਲਵਾਨਾ ਮਈ 5-5 ਲੱਖ 6-6 ਲੱਖ ਰੇਟ ਲੱਗਦਾ ਪਈ ਹੈ। ਵੀਡੀਓ ਪਸੰਦ ਆਵੇ ਜਨਾਬ ਲਾਈਕ ਸ਼ੇਅਰ ਮੁਹੱਬਤਾਂ ਨਾਲ ਕਮੈਂਟ ਲਾਜ਼ਮੀ ਕਰਨੇ ਜਨਾਬ, ਇਹਦੇ ਥੱਲੇ ਦੋਵਾਂ ਥੱਲੇ ਕੱਟਿਆ ਨਾ, ਦੋਵਾਂ ਥੱਲੇ ਕੱਟਿਆ ਜਨਾਬ, ਵੀਡੀਓ ਪਸੰਦ ਆਏ ਲਾਈਕ ਸ਼ੇਅਰ ਮੁਹੱਬਤਾਂ ਨਾਲ ਕਮੈਂਟ ਇਹ ਜਨਾਬ ਲਾਜ਼ਮੀ ਕਰਨੇ ਨੇ। ਇਸ ਨਾਲ ਹੀ ਆਪਣੇ ਮੇਜ਼ਬਾਨ ਮੁਹੰਮਦ ਰਿਆਜ਼ ਨੂੰ ਦਿਓ ਇਜਾਜ਼ਤ, ਮਿਲਾਂਗੇ ਇਨਸ਼ਾਅੱਲਾ ਇੱਕ ਕੱਲ੍ਹ ਔਰ ਟਾਪ ਕਲਾਸ ਦੀ ਵੀਡੀਓ ਨਾਲ, ਇਸ ਤੋਂ ਵੀ ਇਨਸ਼ਾਅੱਲਾ ਕੁਆਲਿਟੀ ਦੇ। ਅੱਲਾ ਹਾਫਿਜ਼।